ਜਾਗੋ, ਸਮਾਜ ਸੇਵੀ ਹੋ ਜਾਗੋ। ਵੇਰਕਾ ਪਲਾਟ ਤੇ ਆਪਾਂ ਵਾਅਦਾ ਕੀਤਾ ਸੀ ਵੀ ਜੇ ਸਰਕਾਰ ਨੇ ਬੁੱਢਾ ਨਾਲਾ ਸਾਫ ਨਾ ਕੀਤਾ ਆਪਾਂ 15 ਤਰੀਕ ਨੂੰ ਮਿੱਟੀ ਨਾਲ ਬੰਦ ਕਰ ਦੇਵਾਂਗੇ, ਪਰ ਸਰਕਾਰ ਦੇ ਸਿਰ ਤੇ ਜੂੰ ਤੱਕ ਨੀ ਸਰਕੀ ਤੇ ਸਰਕਾਰ ਨਵੇਂ ਨਵੇਂ ਡਰਾਮੇ ਕਰ ਰਹੀ ਆ। ਤੇ ਸਮਾਜ ਸੇਵੀਆਂ ਨੂੰ ਬੇਨਤੀ ਕੀਤੀ ਜਾਂਦੀ ਆ, ਲੱਖਾਂ ਸਰਦਾਰਾਂ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਤੁਸੀਂ ਹੋਰ ਵੀ ਸਮਾਜ ਸੇਵੀਆਂ ਨੂੰ ਜਗਾਓ ਤੇ ਬਿਆਨਬਾਜ਼ੀ ਦਿਓ ਕਿ 15 ਤਰੀਕ ਨੂੰ ਲੋਕ ਮਿੱਟੀ ਦੀਆਂ ਟਾਲੀਆਂ ਲੈ ਕੇ ਉੱਥੇ ਪਹੁੰਚਣ ਬੁੱਢੇ ਨਾਲੇ ਤੇ, ਤਾਂ ਜੋ ਆਪਾਂ ਬੁੱਢਾ ਨਾਲਾ ਬੰਦ ਕਰ ਸਕੀਏ। ਇਸ ਨਾਲ ਸਰਕਾਰਾਂ ਨੇ ਜੋ ਕੰਮ ਕਰਨਾ ਹੋਊਗਾ ਉਹ ਆਪਦਾ ਕੰਮ ਕਰਨਗੀਆਂ ਤੇ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਕਰੂਗਾ ਤੇ ਆਪਾਂ ਸਮਾਜ ਸੇਵੀ ਹੋ ਆਪਣਾ ਕੰਮ ਕਰਾਂਗੇ ਜੋ ਆਪਾਂ ਕਰਨਾ ਵਾ। ਜੇ ਬੁੱਢੇ ਨਾਲੇ ਦੇ ਪਾਣੀ ਵਿੱਚ ਗੰਦ ਪਾਉਣਾ ਜਾਇਜ਼ ਹੈ ਤਾਂ ਉਸ ਨੂੰ ਮਿੱਟੀ ਨਾਲ ਬੰਦ ਕਰਕੇ, ਯਾਨੀ ਲੋਕਾਂ ਨੂੰ ਕੈਂਸਰ ਤੋਂ ਬਚਾਉਣਾ ਵੀ ਇੱਕ ਪੁੰਨ ਦਾ ਕੰਮ ਹੈ। ਇਸ ਕਰਕੇ ਮੈਂ ਸਮਾਜ ਸੇਵੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਕਿ ਪਹਿਲਾਂ ਲੀਡਰਾਂ ਨੇ ਨੀਂਹ ਪੱਥਰ ਲਾ ਕੇ ਬਿਆਨਬਾਜ਼ੀ ਕਰਕੇ ਬੁੱਢਾ ਨਾਲਾ ਤੀਜੀ ਵਾਰੀ ਸਾਫ਼ ਕੀਤਾ ਵੀ ਆਪਾਂ ਵੀ ਲੀਡਰਾਂ ਵਾਲੇ ਰਾਹ ਤੇ ਨਾ ਤੁਰੀਏ, ਜੋ ਆਪਾਂ ਮੂੰਹ ਆਖਿਆ ਵਾ ਉਸ ਨੂੰ ਪੂਰਾ ਕਰੀਏ ਤੇ ਬੁੱਢਾ ਨਾਲਾ ਸਾਫ਼ ਕਰਨ ਲਈ ਆਪਾਂ ਟਰਾਲੀਆਂ ਲੈ ਕੇ ਬੁੱਢੇ ਨਾਲੇ ਤੇ ਪਹੁੰਚੀਏ, ਕਿਉਂਕਿ ਆਪਾਂ ਸਰਕਾਰਾਂ ਨੂੰ ਬਹੁਤ ਜ਼ਿਆਦਾ ਟਾਈਮ ਦੇ ਚੁੱਕੇ ਆ। 15 ਸਾਲਾਂ ਤੋਂ ਆਪਾਂ ਟਾਈਮ ਦਿੰਦੇ ਆ ਰਹੇ ਆ, ਹੁਣ ਆਪਾਂ ਇਹਨਾਂ ਸਰਕਾਰਾਂ ਨੂੰ ਕੋਈ ਟਾਈਮ ਨੀ ਦੇਣਾ, ਬਾਕੀ ਪਰਚਿਆਂ ਤੋਂ ਡਰਿਓ ਨਾ ਤੇ ਆਪਾਂ ਨਾਲ ਹੈਗੇ ਆ। ਤੇ ਇਸ ਕਰਕੇ ਲੱਖਾਂ ਸਧਾਨਾ ਤੇ ਹੋਰ ਸਮਾਜ ਸੇਵੀ ਨੂੰ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਉਸ ਦਿਨ ਬਿਆਨਬਾਜ਼ੀ ਬਹੁਤ ਹੋ ਗਈ ਸੀਗੀ ਤੇ ਹੁਣ ਆਪਣੀ ਬਿਆਨਬਾਜ਼ੀ ਤੇ ਖਰਾ ਉਤਰਿਆ ਜਾਵੇ। ਬਾਹਰ ਨੀ ਕਹਿੰਦਾ ਥੈਂਕ ਯੂ, ਮਿਹਰਬਾਨੀ, ਸ਼ੁਕਰੀਆ। ਜਾਗੋ ਜਾਗੋ ਜਾਗੋ, ਸਮਾਜ ਸੇਵੀ ਹੋ ਜਾਗੋ। ਵੇਰਕਾ ਪਲਾਟ ਤੇ ਆਪਾਂ ਵਾਅਦਾ ਕੀਤਾ ਸੀ ਵੀ ਜੇ ਸਰਕਾਰ ਨੇ ਬੁੱਢਾ ਨਾਲਾ ਸਾਫ ਨਾ ਕੀਤਾ ਆਪਾਂ 15 ਤਰੀਕ ਨੂੰ ਮਿੱਟੀ ਨਾਲ ਬੰਦ ਕਰ ਦੇਵਾਂਗੇ, ਪਰ ਸਰਕਾਰ ਦੇ ਸਿਰ ਤੇ ਜੂੰ ਤੱਕ ਨੀ ਸਰਕੀ ਤੇ ਸਰਕਾਰ ਨਵੇਂ ਨਵੇਂ ਡਰਾਮੇ ਕਰ ਰਹੀ ਆ। ਤੇ ਸਮਾਜ ਸੇਵੀਆਂ ਨੂੰ ਬੇਨਤੀ ਕੀਤੀ ਜਾਂਦੀ ਆ, ਲੱਖਾਂ ਸਰਦਾਰਾਂ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਤੁਸੀਂ ਹੋਰ ਵੀ ਸਮਾਜ ਸੇਵੀਆਂ ਨੂੰ ਜਗਾਓ ਤੇ ਬਿਆਨਬਾਜ਼ੀ ਦਿਓ ਕਿ 15 ਤਰੀਕ ਨੂੰ ਲੋਕ ਮਿੱਟੀ ਦੀਆਂ ਟਾਲੀਆਂ ਲੈ ਕੇ ਉੱਥੇ ਪਹੁੰਚਣ ਬੁੱਢੇ ਨਾਲੇ ਤੇ, ਤਾਂ ਜੋ ਆਪਾਂ ਬੁੱਢਾ ਨਾਲਾ ਬੰਦ ਕਰ ਸਕੀਏ। ਇਸ ਨਾਲ ਸਰਕਾਰਾਂ ਨੇ ਜੋ ਕੰਮ ਕਰਨਾ ਹੋਊਗਾ ਉਹ ਆਪਦਾ ਕੰਮ ਕਰਨਗੀਆਂ ਤੇ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਕਰੂਗਾ ਤੇ ਆਪਾਂ ਸਮਾਜ ਸੇਵੀ ਹੋ ਆਪਣਾ ਕੰਮ ਕਰਾਂਗੇ ਜੋ ਆਪਾਂ ਕਰਨਾ ਵਾ। ਜੇ ਬੁੱਢੇ ਨਾਲੇ ਦੇ ਪਾਣੀ ਵਿੱਚ ਗੰਦ ਪਾਉਣਾ ਜਾਇਜ਼ ਹੈ ਤਾਂ ਉਸ ਨੂੰ ਮਿੱਟੀ ਨਾਲ ਬੰਦ ਕਰਕੇ, ਯਾਨੀ ਲੋਕਾਂ ਨੂੰ ਕੈਂਸਰ ਤੋਂ ਬਚਾਉਣਾ ਵੀ ਇੱਕ ਪੁੰਨ ਦਾ ਕੰਮ ਹੈ। ਇਸ ਕਰਕੇ ਮੈਂ ਸਮਾਜ ਸੇਵੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਕਿ ਪਹਿਲਾਂ ਲੀਡਰਾਂ ਨੇ ਨੀਂਹ ਪੱਥਰ ਲਾ ਕੇ ਬਿਆਨਬਾਜ਼ੀ ਕਰਕੇ ਬੁੱਢਾ ਨਾਲਾ ਤੀਜੀ ਵਾਰੀ ਸਾਫ਼ ਕੀਤਾ ਵੀ ਆਪਾਂ ਵੀ ਲੀਡਰਾਂ ਵਾਲੇ ਰਾਹ ਤੇ ਨਾ ਤੁਰੀਏ, ਜੋ ਆਪਾਂ ਮੂੰਹ ਆਖਿਆ ਵਾ ਉਸ ਨੂੰ ਪੂਰਾ ਕਰੀਏ ਤੇ ਬੁੱਢਾ ਨਾਲਾ ਸਾਫ਼ ਕਰਨ ਲਈ ਆਪਾਂ ਟਰਾਲੀਆਂ ਲੈ ਕੇ ਬੁੱਢੇ ਨਾਲੇ ਤੇ ਪਹੁੰਚੀਏ, ਕਿਉਂਕਿ ਆਪਾਂ ਸਰਕਾਰਾਂ ਨੂੰ ਬਹੁਤ ਜ਼ਿਆਦਾ ਟਾਈਮ ਦੇ ਚੁੱਕੇ ਆ। 15 ਸਾਲਾਂ ਤੋਂ ਆਪਾਂ ਟਾਈਮ ਦਿੰਦੇ ਆ ਰਹੇ ਆ, ਹੁਣ
ਵੀ ਪਰਚਿਆਂ ਤੋਂ ਡਰਿਓ ਨਾ, ਤੇ ਆਪਾਂ ਨਾਲ ਹੈਗੇ ਆ, ਤੇ ਇਸ ਕਰਕੇ ਲੱਖਾਂ ਸਧਾਨਾ ਤੇ ਹੋਰ ਸਮਾਜ ਸੇਵੀ ਨੂੰ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਉਦਣ ਬਿਆਨਬਾਜ਼ੀ ਬਹੁਤ ਹੋ ਗਈ ਸੀਗੀ ਤੇ ਹੁਣ ਆਪਣੀ ਬਿਆਨਬਾਜ਼ੀ ਤੇ ਖਰਾ ਉਤਰਿਆ ਜਾਵੇ। ਬਾਲਾ ਨੀ ਕਹਿੰਦਾ ਥੈਂਕ ਯੂ, ਮਿਹਰਬਾਨੀ, ਸ਼ੁਕਰੀਆ।